स्वागत है दोस्तों, तुम जुड़ चुके हो शर्परे न्यूज़ के नाल। मैं हाँ तुहाडा दोस्त चेतन कश्यप। सो जिवें कि तुसीं जानते हो कि सर्दियों का मौसम पंजाब दे विच शुरू हो चुकिया है, तो सर्दियों के मौसम दौरान सरों का साग तो मक्की की रोटी पंजाबियों की एक विशेष खुराक बन जाती है। तो सरों के साग तो मक्की की रोटी तो बाद गुड़ शक्कर का सेवन भी है जिहड़ा वो पंजाबी करते ने। सो जिन्हें कु शौकीन पंजाबी मक्की की रोटी सरों के साग के ने, उस तो वधेरे शौकीन पंजाबी गुड़ खाण के शक्कर खाण के भी ने। सो तुहानू अज हुशियारपुर के एक अजिहे बेलन ते लैके आए हाँ जिथे कि देसी शक्कर तैयार की जाती है तो शुद्ध गुड़ तैयार किया जाता है। तो वह भी मौके पर ही जो कोई ग्राहक गुड़ खरीद आता है तो उसनों मौके पर ही गुड़ तैयार करके ग्राहक नूं दिता जांदा है। जी हाँ, अज मैं आया हुशियारपुर हरियाणा मार्ग ते मौजूद कश्मीरी दे वेलने ते। बहुत सारिया थावां ते इस थां तों गुड़ ते शक्कर सप्लाई की जाती है, जिथे देश भर दे विच सप्लाई की जाती है उत्थे ही जम्मू कश्मीर ते जम्मू कश्मीर तों इलावा विदेशों दे विच भी इस थां तों गुड़ ते शक्कर है जिहड़ा उह सप्लाई किया जाता है। सो आओ इत्थे गलबात करांगे गुड़ चलाउण वाले मालकां दे नाल, ते गलबात करांगे की खासियत है उन्हां वल्लों जो देसी शक्कर तैयार की जाती है ते जो गुड़ तैयार किया जाता है। सो आओ करते हैं गलबात। ਮੇਰਾ ਬਰਿੰਦਰ ਸਿੰਘ ਜੀ। ਕਿਹੜੀ ਜਗ੍ਹਾ ਵੇਲਣਾ ਤੁਹਾਡਾ? ਇਹ ਦਸੂ ਹੁਸ਼ਿਆਰਪੁਰ ਤੋਂ ਦਸੂਆ ਰੋਡ ਤੇ ਆ ਜੀ। ਕੀ ਨਾਮ ਹੈ ਵੇਲਣੇ ਦਾ ਜੀ? ਕਸ਼ਮੀਰੀ ਦਾ ਵੇਲਣਾ ਜੀ। ਉਹ ਜੀ ਕੀ ਖਾਸੀਅਤ ਹੈ ਵੇਲਣੇ ਦੀ? ਕਾਫੀ ਜ਼ਿਆਦਾ ਰਸ ਰਹਿੰਦਾ ਤੇ ਕਾਫੀ ਜ਼ਿਆਦਾ ਫੇਮਸ ਵੀ ਹੈ ਜੀ ਇਹ। ਕਿਉਂਕਿ ਭਾਈ ਸਾਡਾ ਗੁੜ ਜਿਹੜਾ ਹੈਗਾ ਜੀ ਪਿਓਰ ਗੁੜ ਆ ਜੀ, ਘਰ ਮਤਲਬ ਆਪਾਂ ਖੁਦ ਕੱਢਦੇ ਹਾਂ ਗੁੜ, ਕੋਈ ਮਤਲਬ ਨਹੀਂ ਕੋਈ ਕਿਸੇ ਨੂੰ ਕਰਦਾ, ਸਿਰਫ ਓਨਲੀ ਲੇਬਰ ਰੱਖੀ ਹੋਈ ਆ ਅਸੀਂ ਜਿਹੜੀ ਕਿ ਬਾਹਰ ਕੰਮ ਕਰਦੀ ਆ। ਗੁੜ ਮੇਰੇ ਫਾਦਰ ਸਾਹਿਬ ਤਾਂ ਮੈਂ ਆਪ ਮਤਲਬ ਆਪ ਕੱਢਦੇ ਹਾਂ ਅਸੀਂ। ਗੁੜ ਸ਼ੱਕਰ ਸਾਡਾ ਪਿਓਰ ਹੁੰਦਾ ਜੀ, ਕੋਈ ਕੈਮੀਕਲ ਨਹੀਂ ਹੁੰਦਾ ਇਹ 'ਚ, ਕੋਈ ਵੀ ਤਰ੍ਹਾਂ ਦਾ ਮਤਲਬ ਪ੍ਰੋਡਕਟ ਕੁਛ ਨਹੀਂ ਹੁੰਦਾ ਜੀ। ਸਿੱਧਾ ਰਸ ਤੋਂ ਬਣਾਈ ਦਾ, ਗੰਨੇ ਦੇ ਰਸ ਤੋਂ ਗੰਨਾ ਲਿਆਂਦਾ ਜਾਂਦਾ ਖੇਤ 'ਚੋਂ, ਖੇਤ 'ਚੋਂ ਗੰਨਾ ਰਸ ਕੱਢ ਕੇ ਵੇਲਣੇ 'ਤੇ, ਉਹ ਤੋਂ ਬਾਅਦ ਅਸੀਂ ਕੜਾਇਆਂ 'ਚ ਲਿਆ ਕੇ ਉਹਨੂੰ 45 ਮਿੰਟ ਕਾਢ ਕੇ 4 ਪੀਪਿਆਂ ਨੂੰ, ਉਸ ਤੋਂ ਬਾਅਦ ਫਿਰ ਸਾਡਾ ਗੁੜ 12-13 ਕਿਲੋ ਤਿਆਰ ਹੁੰਦਾ। ਉਸ ਤੋਂ ਬਾਅਦ ਮਤਲਬ ਪਿਓਰ ਚੀਜ਼ ਅਸੀਂ ਮਤਲਬ ਦੇਈ ਦੀ। ਪਿਛਲੇ ਕਿੰਨੇ ਸਮੇਂ ਤੋਂ ਬਾਈ ਇੱਥੇ ਵੇਲਣਾ ਚੱਲ ਰਹੇ ਜੀ? ਇਹਨੂੰ ਤਾਂ ਜੀ 20-25 ਸਾਲ ਹੋ ਗਏ ਜੀ। ਫਾਦਰ ਸਾਹਿਬ ਵੀ ਇਹੀ ਕੰਮ ਕਰਦੇ? ਫਾਦਰ ਸਾਹਿਬ ਨੂੰ 20-25 ਸਾਲ ਇਹਨਾਂ ਨੂੰ ਕੰਮ ਕਰਦੇ ਨੂੰ ਹੋ ਗਏ ਉਹਨਾਂ ਨੂੰ, ਤਾਂ ਉਸ ਤੋਂ ਬਾਅਦ ਸਾਡੇ ਦਾਦਾ ਪੜਦਾਦਾ ਜੋ ਵੀ ਸਾਰੇ ਮਤਲਬ ਪਹਿਲਾਂ ਗੁੜ ਦਾ ਸਾਡਾ ਸ਼ੁਰੂ ਤੋਂ ਕੰਮ ਸੀਗਾ ਜੀ। ਹੁਣ ਤੁਸੀਂ ਵੀ ਇੱਥੇ ਆਪਣਾ ਜੀਵਨ ਰੋਜ਼ਗਾਰ ਕਰ ਰਹੇ ਹੋ? ਹਾਂਜੀ, ਵੀ ਮਤਲਬ ਮੈਂ ਇਲੈਕਟ੍ਰੀਕਲ ਇੰਜੀਨੀਅਰ ਹਾਂ, ਡਿਗਰੀ ਕੀਤੀ ਹੋਈ ਆ, ਪਰ ਸਾਨੂੰ ਜ਼ਿਆਦਾ ਆਪਣੇ ਕੰਮ ਨਾਲ ਵਧੀਆ ਲੱਗਦਾ ਕਿ ਆਪਣਾ ਕੰਮ ਕਰੀਏ ਅਸੀਂ, ਕਿਉਂਕਿ ਸਾਡੇ ਕਿਸੇ ਦੇ ਘਰ 'ਚ ਚੰਗੀ ਚੀਜ਼ ਆਵੇ ਅਸੀਂ ਕਹਿੰਦੇ ਵਧੀਆ ਗੱਲ ਆ ਜੀ। ਭਾਅ ਜੀ, ਆਪਾਂ ਇੱਥੇ ਜਦੋਂ ਆਏ ਆਪਾਂ ਵੇਖ ਰਹੇ ਸੀ ਕਿ ਕਈ ਅਫਸਰ ਵੀ ਖੜ੍ਹੇ ਸੀ ਲਾਈਨ ਦੇ ਵਿੱਚ, ਅਤੇ ਕਈ ਰਾਜਨੀਤਿਕ ਆਗੂ ਵੀ ਸਾਨੂੰ ਇੱਥੇ ਮਿਲੇ ਆ ਜਿਹੜੇ ਸਪੈਸ਼ਲ ਗੁੜ ਲੈਣ ਲਈ ਆਏ ਆਉਂਦੇ ਤੁਹਾਡੇ ਕੋਲ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਬੜੇ ਪ੍ਰਾਊਡ ਫੀਲ ਹੁੰਦਾ ਤੁਹਾਨੂੰ ਕਿ ਹਾਂ ਯਾਰ ਸਾਡਾ ਪੰਜਾਬ ਦੇ ਵਿੱਚ ਵੇਲਣਾ ਜਿਹੜਾ ਮਸ਼ਹੂਰ ਆ ਉਹ? ਹਾਂਜੀ ਸਰ, ਸਾਨੂੰ ਬਹੁਤ ਪ੍ਰਾਊਡ ਹੁੰਦਾ, ਅਤੇ ਨਾਲੇ ਜਿੱਦਾਂ ਕਿਉਂਕਿ ਸਾਡੇ ਵੱਡੇ ਵੱਡੇ ਡਾਕਟਰ ਆਉਂਦੇ ਆ ਜਾਂ ਕੋਈ ਪੁਲਿਸ ਵਾਲੇ ਆਉਂਦੇ, ਮੁਲਾਜ਼ਮ ਆਉਂਦੇ ਆ, ਮੰਤਰੀ ਆਉਂਦੇ, ਸਾਰੇ ਮਤਲਬ ਜਿਨ੍ਹਾਂ ਨੂੰ ਵੀ ਚੰਗਾ ਲੱਗਦਾ ਨਾ, ਸਭ ਤੋਂ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਉਹ ਸਾਰੇ ਇੱਥੇ ਸਾਡੇ ਕੋਲ ਲੈ ਕੇ ਜਾਂਦੇ। ਭਾਅ ਜੀ, ਕਹਿੰਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਤਾਂ ਇਸ ਤੋਂ ਇਲਾਵਾ ਫੋਰਨ ਦੇ ਵਿੱਚ ਵੀ ਕਾਫੀ ਸਪਲਾਈ ਕੀਤਾ ਜਾਂਦਾ? ਹਾਂਜੀ, ਜੰਮੂ ਕਸ਼ਮੀਰ, ਸ਼੍ਰੀਨਗਰ, ਪਾਲਮਪੁਰ, ਹਿਮਾਚਲ, ਸ਼ਿਮਲਾ, ਮਤਲਬ ਅਮਰੀਕਾ, ਮਤਲਬ ਸਾਰੇ ਪਾਸੇ ਸਪਲਾਈ ਹੁੰਦਾ ਜੀ। ਤੁਸੀਂ ਹੋਰ ਕਹੀ ਸੀ ਕਿ ਆਪਾਂ ਪੈਸੇ ਵੱਲ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ ਅਤੇ ਆਪਾਂ ਕੁਆਲਿਟੀ ਔਰ ਸਾਨੂੰ ਲੈ ਕੇ ਜ਼ਿਆਦਾ, ਸਾਨੂੰ ਪੈਸੇ ਨਾਲ ਕੋਈ ਮਤਲਬ ਨਹੀਂ, ਸਿਰਫ ਸਾਨੂੰ ਇਹ ਹੈ ਕਿ ਕਿਸੇ ਦੇ ਘਰ ਮਤਲਬ ਚੰਗੀ ਚੀਜ਼ ਆਵੇ, ਸਾਰੇ ਮਤਲਬ ਖੁਸ਼ ਰਹਿਣ, ਕਿਸੇ ਦਾ ਨੁਕਸਾਨ ਨਾ ਹੋਵੇ। ਭਾਅ ਜੀ, ਪਿਛਲੇ ਸਮੇਂ ਦੌਰਾਨ ਆਪਾਂ ਦੇਖਦੇ ਸੀਗੇ ਕਿ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਵੱਡੇ ਪੱਧਰ 'ਤੇ ਛਾਪੇਮਾਰੀਆਂ ਕੀਤੀਆਂ ਜਾਂਦੀਆਂ ਸੀ, ਪੰਚਾਂ ਦੇ ਹਿਸਾਬ ਨਾਲ ਜਿਹੜੀ ਬਿੱਲ ਨੇ ਤਾਂ ਖੰਡ ਵੀ ਹਾਸਲ ਹੋ ਗਈ ਸੀ, ਜੰਦੀ ਖੰਡ, ਇੱਥੇ ਤਾਂ ਨਹੀਂ ਕਿਸੇ ਇਸ ਤਰ੍ਹਾਂ ਦਾ? ਨਹੀਂ ਸਰ, ਇੱਥੇ ਵਰਤੋਂ ਕੀਤੀ ਜਾਵੇ ਜਾਂ ਕਿਸ ਤਰ੍ਹਾਂ? ਇੱਥੇ ਸਰ ਕੁਛ ਨਹੀਂ, ਕੋਈ ਤਰ੍ਹਾਂ ਦੀ ਨਹੀਂ ਖੰਡ ਹੁੰਦੀ, ਕੋਈ ਤਰ੍ਹਾਂ ਦਾ ਕੈਮੀਕਲ ਨਹੀਂ ਹੁੰਦਾ, ਸਿਰਫ ਪਿਓਰ ਆ, ਸਿੱਧੀ ਰਸ ਤੋਂ ਬਣਾਈ ਦਾ ਅਸੀਂ।
ਹੋਰ ਕੁਛ ਨਹੀਂ ਪੈਂਦਾ, ਸਿਰਫ ਮਿੱਠੇ ਸੋਡੇ ਦਾ ਇੱਕ ਨਿਖਾਰ ਲੱਗਦਾ, ਜਿੱਦਾਂ ਪੁਰਾਣੇ ਬਜ਼ੁਰਗ ਮਤਲਬ ਬਣਾਉਂਦੇ ਆ ਆਉਂਦੇ ਸੀ ਉੱਦਾਂ ਹੀ ਹੁਣ ਅਸੀਂ ਬਣਾਈ ਦਾ ਜੀ। ਮਤਲਬ ਜਿੰਨੇ ਵੀ ਮੁਲਾਜ਼ਮ ਆ ਸਿੰਪਲ ਵਾਲੇ ਜਿੰਨੇ ਸਾਰੇ ਗੁੜ ਸਾਡਾ ਮਤਲਬ ਕਰਦੇ ਆ, ਮਤਲਬ ਪਸੰਦ ਕਰਦੇ ਖਾਣਾ ਜੀ। ਹਾਂਜੀ ਸਾਡੇ ਸਾਰੇ ਸੈਂਪਲ ਭਰੇ ਗਏ, ਸਭ ਸ਼ੁਰੂ ਤੋਂ ਸਾਡੇ ਸੈਂਪਲ ਭਰ ਹੁੰਦੇ ਗਏ, ਪਰ ਕਦੀ ਇੱਦਾਂ ਦਾ ਨਹੀਂ ਆਇਆ ਕਿ ਵਿੱਚ ਕੁਛ ਹੋਊਗਾ ਕੈਮੀਕਲ ਜਾਂ ਵਗੈਰਾ। ਇੱਥੇ ਭਾਅ ਜੀ ਦੋ ਤਰ੍ਹਾਂ ਦਾ ਗੁੜ ਹੁੰਦਾ ਜੀ, ਇੱਕ ਸੁੰਡ ਵਾਲਾ ਹੁੰਦਾ ਜੀ, ਸੁੰਡ ਸੌਂਫ ਅਜਵਾਇਣ ਤੇਲ ਮੂੰਗਫਲੀ ਵਾਲਾ ਡਰਾਈ ਫਰੂਟ ਵਗੈਰਾ ਪਾ ਕੇ ਬਣਾਇਆ ਹੁੰਦਾ ਜੀ ਖਾਣ ਵਾਲਾ। ਇੱਕ ਹੁੰਦਾ ਜੀ ਚਾਹ ਵਾਲਾ ਗੁੜ ਜੀ, ਕਿਉਂਕਿ ਪਲੇਨ ਗੁੜ ਜਿਹਨੂੰ ਕਹਿੰਦੇ ਹੁੰਦੇ, ਜਿੱਦਾਂ ਆਪਾਂ ਪਹਿਲਾਂ ਬਜ਼ੁਰਗ ਕੱਢਦੇ ਹੁੰਦੇ ਪਲੇਨ ਗੁੜ ਬਣਾਈ ਦਾ, ਮਤਲਬ ਚਾਹ ਵਾਸਤੇ ਚਾਹ ਨਹੀਂ ਫਟਦੀ ਜੀ ਸਾਡੀ, ਅਤੇ ਉਸ ਤੋਂ ਬਾਅਦ ਹੁੰਦੀ ਸ਼ੱਕਰ ਸਾਡੀ ਜੀ ਸ਼ੱਕਰ। ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇਲੈਕਟ੍ਰੋਨਿਕ ਇੰਜੀਨੀਅਰਿੰਗ ਤੁਸੀਂ ਕੀਤੀ ਹੋਈ ਆ, ਅੱਜ ਕੱਲ੍ਹ ਦੇ ਆਪਾਂ ਯੂਥ ਨੂੰ ਵੇਖਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਹੱਥੀਂ ਕੰਮ ਕਰਨ ਦੇ ਵਿੱਚ ਉਹ ਸ਼ਰਮ ਮਹਿਸੂਸ ਕਰਦਾ ਗਿਆ, ਉਹ ਦਸਵੀਂ ਪਲੱਸ ਟੂ ਕਰਨ ਤੋਂ ਬਾਅਦ ਉਹ ਅਬਰੋਡ ਵੱਲ ਜ਼ਿਆਦਾ ਜਿਹੜਾ ਉਹ ਉਤਸੁਕਤਾ ਉਹਨਾਂ ਨੂੰ ਰਹਿੰਦੀ ਆ। ਤੁਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਨਾਮ ਵੀ ਕਮਾਇਆ, ਪੈਸਾ ਵੀ ਕਮਾ ਰਹੇ ਹੋ, ਕੀ ਯੂਥ ਨੂੰ ਕਹਿਣਾ ਚਾਹੁੰਦੇ ਹੋ? ਯੂਥ ਨੂੰ ਇਹੀ ਚਾਹੁੰਦਾ ਕਿ ਨਸ਼ੇ ਤੋਂ ਥੋੜ੍ਹਾ ਜਿਹਾ ਦੂਰ ਰਹਿਣ, ਕਿਉਂਕਿ ਨਸ਼ੇ ਵੱਲ ਜ਼ਿਆਦਾ ਵੱਧਦੇ ਆ, ਕਿਉਂਕਿ ਸਾਡੇ ਲੋਕ ਜ਼ਿਆਦਾ ਫੋਰਨ ਬਾਹਰ ਬੂਹਰ ਵਗੈਰਾ ਜਾਂਦੇ, ਪਰ ਸਾਨੂੰ ਮੈਨੂੰ ਇੱਦਾਂ ਦਾ ਕੋਈ ਸ਼ੌਂਕ ਨਹੀਂ, ਮੇਰਾ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਕਿ ਆਪਣਾ ਕੰਮ ਕਰਾਂ ਮੈਂ ਕਿਸੇ ਦੇ, ਮਤਲਬ ਕੰਮ ਨਾ ਕਰਾਂ, ਕਿਉਂਕਿ ਸਾਡਾ ਆਪਣਾ ਹੀ ਕੰਮ ਬਹੁਤ ਸੀਗਾ, ਕਿਉਂਕਿ ਘਰ ਦੇ ਵਿੱਚ ਵੀ ਬਹੁਤ ਕੰਮ ਹੁੰਦਾ ਜੀ। ਤੁਸੀਂ ਕਿੰਨੀ ਪੀੜ੍ਹੀ ਹੋ ਤੁਸੀਂ ਜਿਹਨਾਂ ਨੇ ਇਹ ਕੰਮ ਸਾਂਭ ਕੇ ਰੱਖਿਆ ਹੋਇਆ ਜੀ? ਮੈਂ ਚੌਥੇ ਹੋਊਂਗੀ ਜੀ। ਯੂਥ ਨੂੰ ਵੀ ਮੈਸੇਜ ਇਹੀ ਆ ਕਿ ਮਤਲਬ ਜਿੰਨੇ ਨੌਜਵਾਨ ਆਪਣੇ ਘਰ 'ਚ ਹੀ ਕੰਮ ਖੋਲ੍ਹਣ ਬਹੁਤ ਵਧੀਆ, ਕਿਉਂਕਿ ਪ੍ਰਵਾਸੀ ਸਾਡੇ ਆਉਂਦੇ, ਅਸੀਂ ਬਾਹਰ ਜਾਂਦੇ ਹਾਂ, ਉਹਦਾ ਕੋਈ ਸਾਨੂੰ ਫੈਕਟ ਮਤਲਬ ਗਲਤ ਫੈਕਟ ਪੈਂਦਾ ਸਾਡੇ 'ਤੇ, ਕਿ ਮਤਲਬ ਇਹ ਗਲਤ ਗੱਲ ਆ, ਕਿਉਂਕਿ ਆਪਣੇ ਘਰ 'ਚ ਕੰਮ ਰਹਿ ਕੇ ਕਰੋ, ਮਤਲਬ ਬਹੁਤ ਮਤਲਬ ਪੈਸੇ ਨਾਲ ਨਾ ਦੌੜੋ, ਜ਼ਿਆਦਾ ਥੋੜ੍ਹੇ ਹੀ ਖਾ ਲਓ, ਬਸ ਇਹ ਆ ਕਿ ਆਪਾਂ ਆਪਣਾ ਕੰਮ ਕਰਦੇ ਹਾਂ, ਵਧੀਆ ਨੀਂਦ ਲੈਂਦੇ ਹਾਂ, ਵਧੀਆ ਆ ਕੇ ਉੱਠ ਕੇ ਆਪਣੇ ਕੰਮ 'ਤੇ ਜਦੋਂ ਮਰਜ਼ੀ ਘਰ ਨੂੰ ਚੱਲ ਜਾਓ ਜੀ।